ਜਲੰਧਰ ਦਿਹਾਤੀ ਦੇ ਗੁਰਾਇਆ ਥਾਣੇ ਅਧੀਨ ਆਉਂਦੇ ਪਿੰਡ ਦੁਸਾਂਝ ਕਲਾਂ ਵਿੱਚ ਦਿਓਰ ਭਾਬੀ ਦੀ ਹੋਈ ਤਕਰਾਰ ਦੇ ਬਾਅਦ ਦਿਓਰ ਨੇ ਭਾਬੀ ਦਾ ਕਤਲ ਕਰ ਦਿੱਤਾ। ਕਤਲ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਗੁਰਾਇਆ ਥਾਣੇ ਦੇ ਮੁਖੀ ਕੇਵਲ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਜਸਵਿੰਦਰ ਕੌਰ ਦੀ ਬੇਟੀ ਪ੍ਰਿਆ ਦੇ ਅਨੁਸਾਰ ਉਸ ਦੀ ਮਾਂ ਜਸਵਿੰਦਰ ਕੌਰ ਦਾ ਚਾਚਾ ਪਵਨ ਕੁਮਾਰ ਦੇ ਨਾਲ ਝਗੜਾ ਹੋਇਆ ਸੀ, ਜਿਸ ਦੇ ਬਾਅਦ ਉਸ ਦੇ ਚਾਚੇ ਪਵਨ ਕੁਮਾਰ ਨੇ ਉਸ ਦੀ ਮਾਂ ਦੇ ਗਲੇ ਵਿੱਚ ਛੁਰਾ ਮਾਰ ਕੇ ਕਤਲ ਕਰ ਦਿੱਤਾ। ਵਾਸੀ ਦਸਾਂਝ ਕਲਾਂ, ਇਸ ਦੇ ਨਾਲ ਸੋਹਣ ਲਾਲ ਪੁੱਤਰ ਭਜਨ ਲਾਲ ਵਾਸੀ ਮੁਖਰੀਆਣਾ ਮੌਕਾ ਤੇ ਹਾਜ਼ਰ ਆਏ। ਪ੍ਰਿਆ ਨੇ ਆਪਣਾ ਬਿਆਨ ਤਰੀਰ ਕਰਾਇਆ ਕਿ ਉਸਦੀ ਮਾਤਾ ਜਸਵਿੰਦਰ ਕੌਰ ਜੱਸੀ ਕੱਲ ਆਪਣੇ ਚਾਚੇ ਪਵਨ ਕੁਮਾਰ ਦੇ ਘਰ ਗਏ ਸੀ, ਜਿੱਥੇ ਮੇਰੀ ਮਾਤਾ ਦਾ ਕਿਸੇ ਕਾਰਨ ਕਰਕੇ ਪਵਨ ਕੁਮਾਰ ਨਾਲ ਝਗੜਾ ਹੋ ਗਿਆ। ਪਵਨ ਕੁਮਾਰ ਨੇ ਮੇਰੀ ਮਾਤਾ ਦੇ ਗਲ ਵਿੱਚ ਛੁਰੇ ਮਾਰ ਕੇ ਉਸਨੂੰ ਮਾਰ ਦਿੱਤਾ। ਮਾਤਾ ਨਾਨ ਕਰਕੇ ਮੈਂ ਮਾਤਾ ਦਾ ਪਤਾ ਲੈਣ ਗਈ। ਜਦੋਂ ਮੈਂ ਪਵਨ ਕੁਮਾਰ ਦੇ ਘਰ ਪੁੱਜੀ ਤਾਂ ਪਵਨ ਕੁਮਾਰ ਮੇਰੀ ਮਾਤਾ ਦੇ ਗਲ ਵਿੱਚ ਛੁਰੇ ਮਾਰ ਰਿਹਾ ਸੀ। ਮੈਂ ਅੰਦਰ ਵੜਦੇ ਹੀ ਪਵਨ ਕੁਮਾਰ ਨੇ ਕਿਹਾ, ਜੇ ਤੂੰ ਅੱਗੇ ਵਧੀ ਜਾਂ ਕਿਸੇ ਨੂੰ ਰੌਲਾ ਪਾਇਆ ਤਾਂ ਤੇਰਾ ਵੀ ਇਹ ਹਜ਼ਰ ਹੋਵੇਗਾ ਜੋ ਤੇਰੀ ਮਾਤਾ ਦਾ। ਮੈਂ ਡਰਦੇ ਮਾਰੇ ਆ ਕੇ ਆਪਣੇ ਚਾਚੇ ਵਿਨੋਦ ਕੁਮਾਰ ਤੇ ਦੀਪਕ ਰਾਏ ਨੂੰ ਦੱਸਿਆ, ਜਿਹੜੇ ਮੌਕਾ ਤੇ ਮੇਰੀ ਮਾਤਾ ਨੂੰ ਛਡਾਉਣ ਲਈ ਆਏ, ਜਿਨ੍ਹਾਂ ਨੂੰ ਦੇਖ ਕੇ ਮੌਕਾ ਤੋਂ ਪਵਨ ਕੁਮਾਰ ਛੁਰੇ ਸਮੇਤ ਭੱਜ ਗਿਆ ਤੇ ਮਾਮਲਾ ਦਰਜ ਹੋ ਗਿਆ ਜੀ। ਹਾਂ, ਜਿਸ ਦੇ ਮਾਮਲਾ ਦਰਜ ਕਰਕੇ ਧਾਰਾ 302 ਅੰਦਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ।